ਉਧਰ ਤਾਇਵਾਨ ਨੇ ਸੁਰੱਖਿਆ ਚਿੰਤਾਵਾਂ ਦੇ ਵਿਚਕਾਰ ਚੀਨੀ ਕੰਪਨੀ ਹਵਾਈ ਅਤੇ ਜੈਡ ਟੀਈ ਦੇ ਨੈਟਵਰਕ ਉਪਕਰਨਾਂ ਤੇ ਆਪਣੀ 5 ਸਾਲ ਪੁਰਾਣੀ ਪਾਬੰਦੀ ਹੋਰ ਮਜ਼ਬੂਤੀ ਨਾਲ ਲਗਾ ਦਿੱਤੀ ਹੈ। ਹਫ਼ਤੇ ਦੇ ਅਖੀਰ ਵਿੱਚ ਅਧਿਕਾਰੀਆਂ ਨੇ ਸੰਸਦ ਮੈਂਬਰਾਂ ਅਤੇ ਜਨਤਾ ਨੂੰ ਫਿਰ ਭਰੋਸਾ ਦਿਵਾਇਆ ਕਿ ਇਸ ਤਰ੍ਹਾਂ ਦੇ ਉਪਾਅ ਪ੍ਰਭਾਵੀ ਰਹੇ ਹਨ ਅਤੇ ਸੰਚਾਰ ਖੇਤਰ ਨੂੰ ਘੱਟ ਹੋਇਆ, ਜਿੱਥੇ ਕਈ ਹੋਰ ਦੇਸ਼ਾਂ ਵਿੱਚ ਵੀ ਹਵਾਈ ਤੇ ਇਸੇ ਤਰ੍ਹਾਂ ਦੀਆਂ ਪਾਬੰਦੀਆਂ ਲੱਗ ਰਹੀਆਂ ਨੇ। ਉੱਥੇ ਤਾਇਵਾਨ ਵਿੱਚ ਇਹ ਸੰਕਟ ਵੱਧਦਾ ਜਾ ਰਿਹਾ ਕਿਉਂਕਿ ਚੀਨ ਤਾਇਵਾਨ ਨੂੰ ਆਪਣਾ ਹੀ ਹਿੱਸਾ ਦੱਸਦਾ ਰਿਹਾ ਅਤੇ ਉਸ ਨੂੰ ਆਪਣੇ ਕੰਟਰੋਲ ਵਿੱਚ ਲੈਣ ਲਈ ਮਿਲਟਰੀ ਕਾਰਵਾਈ ਦੀ ਵੀ ਧਮਕੀ ਦੇ ਰਿਹਾ। ਗੌਰਤਲਬ ਹੈ ਕਿ ਹਵਾਈ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਤੇ ਇਰਾਨ ਨਾਲ ਕਾਰੋਬਾਰ ਅਤੇ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਕਰਨ ਦਾ ਦੋਸ਼ ਹੈ ਤੇ ਉਹਨਾਂ ਨੂੰ ਵੈਨਕੂਵਰ ਵਿੱਚ 1 ਦਸੰਬਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਸੰਸਦ ਮੈਂਬਰਾਂ ਨੇ ਹਵਾਈ ਤੇ ਪਾਬੰਦੀ ਦਾ ਵਿਸਥਾਰ ਕਰਨ ਦੀ ਮੰਗ ਕੀਤੀ ਸੀ।